ਜਿਹਦੇ ਨਾਲ ਸਾਡਾ ਚਿੱਤ ਹੋਏਗਾ, ਉਸ ਚੀਜ਼ ਦੀ ਕੁਆਲਿਟੀ ਉਹ ਸਾਡੇ ਜੀਵਨ ਦੇ ਵਿੱਚ ਹੋਏਗੀ। ਸਾਡਾ ਚਿੱਤ ਜਿਸ ਚੀਜ਼ ਦੇ ਨਾਲ ਜੁੜਿਆ ਹੈ, ਦੁਨਿਆਵੀ ਚੀਜ਼ਾਂ ਨੇ ਡੋਲਣ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਨੇ, ਈਵਨ ਕਿ ਸਾਡਾ ਸਰੀਰ ਬੋਡੀ ਇਹ ਵੀ ਚੇਂਜੇਬਲ ਹੈ, ਸਮੇਂ ਅਨੁਸਾਰ ਇਹ ਚੇਂਜ ਹੋ ਜਾਂਦੀ ਹੈ। ਪੈਸਾ ਹੈ, ਰਿਸ਼ਤੇ ਨੇ, ਰਿਲੇਸ਼ਨ ਨੇ, ਦੁਨਿਆਵੀ ਪਦਾਰਥ ਨੇ, ਇਹ ਸਾਰੇ ਚੇਂਜੇਬਲ ਨੇ। ਇਹ ਸਾਡਾ ਚਿੱਤ ਇਹਨਾਂ ਨਾਲ ਜੁੜਿਆ ਹੈ ਅਤੇ ਜਦੋਂ ਇਹ ਚੇਂਜ ਹੁੰਦੇ ਨੇ ਤਾਂ ਕੀ ਹੁੰਦਾ ਵੀ ਸਾਡਾ ਚਿੱਤ ਉਹਨੂੰ ਦੁੱਖ ਲੱਗਦਾ ਹੈ। ਜਦੋਂ ਦੁਨਿਆਵੀ ਪਦਾਰਥ ਡੋਲਦੇ ਨੇ ਸਾਡਾ ਜਿਹੜਾ ਚਿੱਤ ਹੈ ਉਹ ਡੋਲਦਾ ਹੈ। ਕਿਉਂ? ਚਿੱਤ ਉਹਨਾਂ ਚੀਜ਼ਾਂ ਦੇ ਨਾਲ ਲੱਗਿਆ ਹੈ ਵੀ ਜਿਹੜੀਆਂ ਚੀਜ਼ਾਂ ਬਦਲਣ ਵਾਲੀਆਂ ਸਨ। ਜਦੋਂ ਉਹ ਚੇਂਜ ਹੋਈਆਂ ਸਾਡਾ ਚਿੱਤ ਦੁਖੀ ਹੋਇਆ, ਜਦੋਂ ਉਹ ਚੀਜ਼ਾਂ ਖਤਮ ਹੋ ਗਈਆਂ ਸਾਡੇ ਚਿੱਤ ਨੂੰ ਬੜਾ ਦੁੱਖ ਲੱਗਾ। ਕਾਰਨ ਕੀ ਹੈ ਵੀ ਸਾਡਾ ਚਿੱਤ ਮਟੀਰੀਅਲਿਸਟਿਕ ਪਦਾਰਥਾਂ ਦੇ ਨਾਲ, ਮਟੀਰੀਅਲ ਦੇ ਨਾਲ ਜੁੜਿਆ ਪਿਆ ਹੈ। ਜਿਹੜਾ ਮਟੀਰੀਅਲ ਹੈ ਇਹ ਖਤਮ ਵੀ ਹੁੰਦਾ ਹੈ, ਇਹ ਚੇਂਜ ਵੀ ਹੁੰਦਾ ਹੈ, ਇਹ ਬਦਲਦਾ ਵੀ ਹੈ। ਉਹ ਜਿਹੜੇ ਪਦਾਰਥਾਂ ਦੀ ਕੁਆਲਿਟੀ ਹੁੰਦੀ ਹੈ ਉਹ ਸਾਡੇ ਚਿੱਤ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਕਰਕੇ ਭਗਤ ਰਵਿਦਾਸ ਨੇ ਕਿਹਾ, ਜਬ ਕਛ ਪਾਵੈ ਤਬ ਗਰਭ ਕਰਤ ਹੈ। ਚਾਰ ਪੈਸੇ ਵੱਧ ਬਣ ਗਏ ਅਤੇ ਬੰਦਾ ਬਹੁਤ ਖੁਸ਼ੀ ਮਨਾਉਂਦਾ ਹੈ। ਮਾਇਆ ਗਈ ਤਬ ਰੋਣ ਲੱਗਤ ਹੈ, ਪੈ ਚਾਰ ਪੈਸੇ ਚਲੇ ਗਏ ਰੋਣ ਲੱਗ ਪੈਂਦਾ ਵੀ ਬਹੁਤ ਘਾਟਾ ਪੈ ਗਿਆ। ਪੈਸੇ ਨਾਲ ਚਿੱਤ ਜੁੜਿਆ, ਪੈਸਾ ਘਟਦਾ ਹੈ ਵੱਧਦਾ ਹੈ। ਬੰਦੇ ਦਾ ਚਿੱਤ ਕਦੀ ਬਹੁਤ ਖੁਸ਼ੀ ਵਿੱਚ ਆ ਗਿਆ, ਕਦੀ ਬਹੁਤ ਦੁੱਖ ਦੇ ਵਿੱਚ ਆ ਗਿਆ, ਕਿਉਂਕਿ ਦੁਨਿਆਵੀ ਜਿਹੜੇ ਪਦਾਰਥ ਨੇ ਉਹ ਚੇਂਜ ਹੁੰਦੇ ਨੇ, ਉਹ ਘਟਦੇ ਨੇ, ਉਹ ਵੱਧਦੇ ਨੇ, ਉਹ ਬਣਦੇ ਨੇ, ਖਤਮ ਹੁੰਦੇ ਨੇ। ਅਤੇ ਬਾਣੀ ਨੇ ਕਿਹਾ, ਤੇਰਾ ਜਿਹੜਾ ਚਿੱਤ ਹੈ ਬਾਹਰ ਵਾਲੀਆਂ ਚੀਜ਼ਾਂ ਨਾਲੇ, ਦੁਨੀਆਂ ਦੇ ਵਿੱਚ ਇੱਕ ਰੱਬ ਦਾ ਨਾਮ ਹੈ ਜਿਹੜਾ ਕਦੇ ਚੇਂਜ ਨਹੀਂ ਹੁੰਦਾ, ਇੱਕ ਰੱਬ ਦਾ ਨਾਮ ਹੈ ਜਿਹੜਾ ਕਦੇ ਤਬਦੀਲ ਨਹੀਂ ਹੁੰਦਾ, ਜਿਹੜਾ ਨਾ ਘਟਦਾ ਹੈ ਨਾ ਵੱਧਦਾ ਹੈ। ਸਾਹਿਬ ਕਹਿੰਦੇ, ਜੇ ਨਾਮ ਨਾਲ ਚਿੱਤ ਜੋੜੇਗਾ ਤੇਰਾ ਚਿੱਤ ਡੋਲੇਗਾ ਨਹੀਂ, ਜੇ ਨਾਮ ਦੇ ਨਾਲ ਚਿੱਤ ਜੋੜੇਗਾ ਤਾਂ ਤੇਰਾ ਜਿਹੜਾ ਚਿੱਤ ਉਹ ਸੜੇਗਾ ਨਹੀਂ, ਖੁਆਰ ਨਹੀਂ ਹੋਏਗਾ। ਤਾਂ ਸਾਹਿਬ ਜੀ ਨੇ ਬਾਣੀ 'ਚ ਕਿਹਾ, ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੇ ਕਾਮ। ਸਾਹਿਬ ਜੀ ਨੇ ਵਾਰ ਵਾਰ ਕਿਹਾ ਵੀ ਇੱਕ ਦੇ ਨਾਲ ਚਿੱਤ ਜੋੜਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਿਹਾ ਵੀ ਜਦੋਂ ਚਿੱਤ ਨਾਮ ਤੋਂ ਵਿੱਚ ਨਾਮ ਨੂੰ ਵਿਸਾਰ ਦਿੰਦਾ ਹੈ ਇਹ ਦੁਖੀ ਹੁੰਦਾ ਹੈ।